ਮਾਮੀ ਜ਼ਬੈਦਾ ਨੂੰ ਨਾ ਸੀ ਸਦਣਾ ਇਹਨੇ ਪਿਛਲੀ ਵਾਰੀ ਵੀ ਆ ਕੇ ਜੁਫੇ ਦੇ ਵਿਆਹ ਤੇ ਰੌਲਾ ਪਾਇਆ ਭਾਈ ਮਾਨ ਨੇ ਇਹੋ ਜਿਹੀ ਗੱਲ ਕਰੀ ਯਾਰ ਅਸੀਂ ਨਹੀਂ ਯਾਰ ਕੈਸੀ ਤੂੰ ਗੱਲ ਕਰ ਰਿਹਾ ਕਿਹੜਾ ਮੈਂ ਕਹਿ ਲੈਂਦਾ ਸੀ ਮਾਮੀ ਆ ਆਖਰ ਹਾਂ ਮਾਮੀ ਨੂੰ ਵੀ ਅਸੀਂ ਮਠਾਈ ਦਿੱਤੀ ਸੀ ਨਾ ਕਿਤੇ ਮੈਂ ਕੁੜੀ ਕੱਢ ਕੇ ਤਾਂ ਨਹੀਂ ਸੀ ਲੈ ਗਿਆ ਤੁਹਾਡੀ ਸਾਲੇ ਮੇਰੇ ਸਾਲਿਆਂ ਨੇ ਕੋਈ ਬੰਦਾ ਇੱਕ ਦੋ ਥੱਪੜ ਮਾਰਦਾ ਫਾਰਾ ਕਰਦਾ ਅਗਲੇ ਬੰਦੇ ਨੂੰ ਜਿੱਦਾਂ ਸਾਲਿਆਂ ਨੇ ਝੰਬਿਆ ਨਾ ਮੈਨੂੰ ਭਾਅ ਜੀ ਕੀ ਹੋਇਆ ਹੋਇਆ ਇੱਥੇ ਹੋਇਆ ਨਹੀਂ ਕੋਈ ਗੱਲ ਹੋਈ ਆ ਭਾਅ ਜੀ ਇੱਧਰ ਕਿਤੇ ਲੜਾਈ ਹੋ ਪਈ ਕੋਈ ਇੱਧਰ ਆ ਜਾਓ ਭਾਅ ਜੀ ਲਉ ਤਾਂ ਨਹੀਂ ਨਿਕਲਣ ਦਿਆ ਮੇਰਾ ਨਹੀਂ 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 ਇੱਧਰ ਆਓ ਇੱਧਰ ਪਾਣੀ ਪੀਓ ਇੱਧਰ ਆਓ ਇੱਧਰ ਆ ਜਾਓ ਹਾਂ ਇੱਧਰ ਆਓ ਮਾਰਿਆ ਜੀ ਮੈਨੂੰ ਮੇਰੇ ਸਾਲਿਆਂ ਨੇ ਭਾਅ ਜੀ ਪਿੰਡ ਚ ਪਿੰਡ ਦਾ ਰੌਲਾ ਹੈ ਹਾਂ ਜੀ ਪਿੰਡ ਦਾ ਇੱਥੇ ਆਓ ਜੀ ਪਾਣੀ ਪੀਓ ਭਾਅ ਜੀ ਪਾਣੀ ਪਿਲਾ ਯਾਰ ਭਾਅ ਜੀ ਨੂੰ ਕਿਤੇ ਇੱਥੇ ਪਿੰਡ ਦੇ ਹੀ ਹੋ ਸਾਡੇ ਹਾਂ ਜੀ ਕਿਤੇ ਲੜ ਪਿਆ ਭਾਈ ਲੜ ਪਿਆ ਮੈਂ ਲੜਨ ਆਇਆ ਹੀ ਨਹੀਂ ਮੈਂ ਤੇ ਚੱਲ ਪਾਣੀ ਤਾਂ ਪੀ ਯਾਰ ਮੈਂ ਲੜਨ ਨਹੀਂ ਸੀ ਆਇਆ ਅੱਛਾ ਯਾਰ ਨਹੀਂ ਚੰਗੀ ਕੀਤੀ ਭਾਈ ਗੱਲ ਖਤਮ ਹੋ ਗਈ ਭਾਜੀ ਪਾਣੀ ਪੀਓ ਤੁਸੀਂ ਤਸੱਲੀ ਕਰੋ ਕੋਈ ਗੱਲ ਨਹੀਂ ਯਾਰ ਪਾਣੀ ਪਾਣੀ ਸਾਡੇ ਪਿੰਡ ਤੋਰਿਆ ਸਾਡੇ ਪਿੰਡ ਦੇ ਤੁਸੀਂ ਮਹਿਮਾਨ ਤੁਸੀਂ ਇਹ ਪਰੇਸ਼ਾਨੀ ਦਿਲ ਚ ਲਵੋ ਕੁੱਟਿਆ ਕਿਸੇ ਨੇ ਭਾਈ ਤੈਨੂੰ ਕੁੱਟਿਆ ਹਾਂ ਰਿਜਾਂ ਲਾਈਆਂ ਮੇਰੇ ਤੇ ਓਏ ਓਏ ਚਲ ਪਾਣੀ ਪੀ ਮੇਰਾ ਵੀ ਪਾਣੀ ਪੀ ਠੰਡਾ ਹੋ ਯਾਰ ਕੋਈ ਨਹੀਂ ਮਾਰੇ ਸੋਟੇ ਚਲਾ ਯਾਰ ਚਲਾ ਓਏ ਕੋਈ ਬੰਦੇ ਬਾਬਾ ਹੀ ਲੱਗਦੇ ਛੱਡਣਾ ਨਹੀਂ ਮੈਂ ਭਾਜੀ ਤੁਸੀਂ ਸਿਆਣੇ ਪਿਆਣੇ ਬੰਦੇ ਆ ਜੀ ਜੀ ਇਹ ਦੇਖ ਲਓ ਕਿ ਮੈਂ ਹੁਣ ਛੱਡਣਾ ਛੁੱਡਣਾ ਕੋਈ ਨਹੀਂ ਹੈਗਾ ਠੰਡਾ ਹੋ ਪਾਣੀ ਪੀਓ ਅੱਲਾ ਦੀ ਮਿਹਰ ਬੰਦਾ ਗੱਲ ਦੱਸੋ ਤੁਸੀਂ ਸਾਡੇ ਮਹਿਮਾਨ ਆ ਸਾਡੇ ਕੋਲ ਆਏ ਭਾਜੀ ਅਸੀਂ ਕਿਸੇ ਨਾਲ ਜ਼ਿਆਦਤੀ ਨਹੀਂ ਇੱਥੇ ਹੋਣ ਦਿੰਦੇ ਜਿਹੜਾ ਮਰਜ਼ੀ ਦੇਖਣਾ ਹੈ ਮੈਂ ਕਰਦਾ ਕੀ ਹੈ ਭਾਈ ਵੀਰੇ ਠੰਡਾ ਹੋ ਕੋਈ ਗੱਲ ਨਹੀਂ ਲੜੀਦਾ ਨਹੀਂ ਹੁੰਦਾ ਮੇਰਾ ਪਰੇਸ਼ਾਨ ਨਾ ਹੋ ਬਾਅਦ ਚ ਕੋਈ ਨਹੀਂ ਪਹਿਲੇ ਰਿਸ਼ਤੇਦਾਰ ਆਪਣੇ ਕੋਈ ਪਤਾ ਨਹੀਂ ਕੌਣ ਆ ਭਾਈ ਆ ਜਾਓ ਇਹ ਦੇਖੋ ਸਹੁਰੇ ਆ ਜੀ ਮੇਰੇ ਅੱਛਾ ਜੀ ਆ ਪਿੰਡ ਸਾਡੇ ਅੱਛਾ ਮੰਗਣੀ ਹੋਈ ਨੂੰ 5 ਸਾਲ ਹੋ ਗਏ ਅੱਛਾ ਅੱਛਾ ਜੀ ਸਾਡੇ ਨਾ ਇਲਾਕੇ 'ਚ ਬਰਫੀ ਬਹੁਤ ਸੋਹਣੀ ਬਣਦੀ ਹੈ ਸਾਡੇ ਪਿੰਡ 'ਚ ਕਿਤੇ ਮੰਗਣੀ ਹੋਈ ਇੱਥੇ ਤੁਹਾਡੇ ਪਿੰਡ ਮੰਗਣੀ ਹੋਈ ਨਾ ਅੱਛਾ ਬਰਫੀ ਬਣਦੀ ਹੈ ਸਾਡੇ ਪਿੰਡ ਬਹੁਤ ਸੋਹਣੀ ਅੱਛਾ ਜੀ ਉਹਨੇ ਬਾਬੇ ਨੇ ਤਾਜ਼ੀ ਤਾਜ਼ੀ ਬਰਫੀ ਬਣਾਈ ਠੀਕ ਹੈ ਅਤੇ ਮੈਂ ਜਿਲੇ ਗਿਆ ਹਾਂ ਅਤੇ ਮੇਰਾ ਦਿਲ ਕੀਤਾ ਮੈਂ ਕਿਹਾ ਯਾਰ ਮੇਰੀ ਮੰਗੇਤਰ ਨੇ ਪਤਾ ਨਹੀਂ ਕਦੀ ਬਰਫੀ ਖਾਧੀ ਹੋਣੀ ਕਿ ਨਹੀਂ ਖਾਧੀ ਹੋਣੀ ਚਾਹ ਕਰਦਾ ਬੰਦਾ ਹਾਂ ਮੈਂ ਉੱਥੋਂ ਤੁਰਿਆ ਜਨਾਬ ਸਵੇਰ ਦਾ ਤੁਰਿਆ ਅੱਧਾ ਕਿਲੋ ਮੈਂ ਬਰਫੀ ਲਈ ਅੱਛਾ ਬਰਫੀ ਲੈ ਕੇ ਮੈਂ ਆਇਆ ਅੱਛਾ ਮੈਂ ਕੁੰਡਾ ਖੜਕਾਇਆ ਅਤੇ ਵੱਡਾ ਬਾਹਰ ਨਿਕਲਿਆ ਵੱਡਾ ਉਹ ਸੂਰ ਕਾਲਾ ਸਾਲਾ ਤੁਹਾਡਾ ਸਾਲਾ ਮੇਰਾ ਸਭ ਤੋਂ ਵੱਡਾ ਅੱਛਾ ਅਤੇ ਬਾਹਰ ਨਿਕਲਿਆ ਬਾਹਰ ਨਿਕਲ ਕੇ ਮੈਨੂੰ ਕਹਿੰਦਾ ਹਾਂਜੀ ਜਨਾ ਮੈਂ ਕਿਹਾ ਕੁਛ ਵੀ ਨਹੀਂ ਅਤੇ ਆ ਬਰਫੀ ਦੇਣੀ ਸੀ ਕਹਿੰਦਾ ਤੂੰ ਮਾਮਾ ਲੱਗਦਾ ਵਿਆਹ ਤੇਰਾ ਹੋਇਆ ਨਹੀਂ ਤੇ ਤੂੰ ਬਰਫੀ ਦੇਣ ਇੱਥੇ ਤੁਰ ਪਿਆ ਸਾਲਾ ਕਹਿੰਦਾ ਸਾਲਾ ਕਹਿੰਦਾ ਮੈਂ ਕਿਹਾ ਯਾਰ ਤੂੰ ਮੈਨੂੰ ਇੱਕ ਵਾਰੀ ਅੰਦਰ ਤੇ ਆਉਣ ਦੇ ਮੈਂ ਇੰਨੀ ਦੂਰੋਂ ਅਕਾੜਿਓਂ ਆਇਆ ਮੈਂ ਚੰਗਾ ਕਿੰਨਾ ਸਫ਼ਰ 200 ਮੀਲ ਸਫ਼ਰ ਕਰਕੇ ਮੈਂ ਆ ਗਿਆ ਵੈਸੇ ਵੀ ਜਵਾਈ ਭਾਈ ਘਰ ਦੇ ਅਤੇ ਫਿਰ ਕੀ ਹੋਇਆ ਅਤੇ ਮੈਂ ਜਨਾਬ ਨਾ ਮੈਨੂੰ ਕਹਿੰਦਾ ਇੱਥੋਂ ਦਫ਼ਾ ਹੋ ਜਾ ਅੱਛਾ ਉਹ ਕਹਿੰਦਾ ਹਾਂ ਉੱਚੀ ਉੱਚੀ ਬੋਲਣ ਲੱਗ ਪਿਆ ਅੱਛਾ ਓਏ ਹੋਏ ਹੋਏ ਬੜੀ ਗਰਮੀ ਮੈਂ ਅਤੇ ਭਾਅ ਜੀ ਘਰ ਚਲੀਏ ਘਰ ਨਹੀਂ ਨਹੀਂ ਘਰ ਤਾਂ ਕੀ ਜਾਣਾ ਉਹਦੇ ਨੂੰ ਮੂੰਹ ਕਰ ਲਓ ਭਾਅ ਜੀ ਤੁਸੀਂ ਆ ਜਾਓ ਬੈਠਕ 'ਚ ਬੈਗ ਕਰ ਲੈਂਦੇ ਨਹੀਂ ਮਾਰਿਆ ਲਓ ਜੀ ਅੱਛਾ ਫਿਰ ਮੁੜ ਕੇ ਜੀ ਉਹਨੇ ਹਾਲੇ ਤੁਹਾਡੇ ਕੋਲ ਕੋਈ ਰਿਸ਼ਤਾ ਹੈ ਹੈ ਰਿਸ਼ਤਾ ਵਿਆਹ ਕਰਾਉਣ ਲਈ ਵਿਆਹ ਦਾ ਕੋਈ ਰਿਸ਼ਤਾ ਨਹੀਂ ਭਾਅ ਜੀ ਤੁਹਾਡੇ ਕੋਈ ਨਜ਼ਰ ਨੁਜ਼ਰ ਮਾਰੋ ਇੱਧਰ ਉੱਧਰ ਨਹੀਂ ਭਾਅ ਜੀ ਸਾਡੇ ਮੇਰਾ ਵੀ ਨਹੀਂ ਹੋਇਆ ਇਹਦਾ ਵੀ ਨਹੀਂ ਅਜੇ ਹੋਇਆ ਨਹੀਂ ਕੋਈ ਕੁੜੀ ਇੱਦਾਂ ਦੀ ਜਿਹੜੀ ਨਹੀਂ ਕੋਈ ਵੀ ਨਹੀਂ ਭਾਅ ਜੀ ਤੁਸੀਂ ਭਾਅ ਜੀ ਆਪਣੀ ਝਾਤੀ ਮਾਰੋ ਫਿਰ ਨਹੀਂ ਹੋਣੀ ਮੈਂ ਕਹਿ ਦਿਆ ਓਏ ਹੋਏ ਹੋਏ ਓਏ ਕਾਲਿਆ ਓਏ ਕਾਲਿਆ ਭਾਅ ਜੀ ਨੱਪਦੇ ਆ ਨਹੀਂ ਨਹੀਂ ਓ ਓ ਹੋ 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 ਹਾਏ ਸੱਟ ਬਹੁਤੀ ਲੱਗੀ ਫੋਨ ਆ ਹਾਂ ਹੁਣ ਮਗਰੋਂ ਫੋਨ ਕਰੀ ਜਾਂਦੇ ਕਰੀ ਜਾਓ ਫੋਨ ਜਿੰਨੇ ਦਿਲ ਕਰਦਾ ਕਰੋ ਆ ਨਾ ਸੁਣਿਓ ਇਜ਼ੀ ਹੋਵੋ ਭਾਈ ਹੁਣ ਨਹੀਂ ਸੁਣ ਵੀ ਲਵੇ ਯਾਰ ਐਡੀ ਕਿਹੜੀ ਗੱਲ ਆ ਪ੍ਰਾਹਣਾ ਆਇਆ ਪਿੰਡ ਦੇ ਵਿੱਚ ਸਾਡਾ ਵੀ ਉਹ ਏਦਾਂ ਨਹੀਂ ਗੱਲ ਹੁੰਦੀ ਹੈਗੀ ਜੇ ਮਾਰ ਲਿਆ ਤਾਂ ਮਾਰ ਲਿਆ ਇਹਦੇ ਵਿੱਚ ਕਿਹੜੀ ਗੱਲ ਆ ਜਵਾਈ ਭਾਈ ਆ ਉਸ ਘਰ ਦਾ ਯਾਰ ਤੇ ਜਵਾਈ ਭਾਈ ਆ ਕੋਈ ਗੈਰ ਤਾਂ ਨਹੀਂ ਹੈਗਾ ਬੱਚੀ ਵੀ ਤਾਂ ਦਿੱਤੀ ਹੈ ਨਾ ਜਾਣੀ ਵੀ ਉਹਦੇ ਘਰ ਹੀ ਆ ਭਲਾ ਕੋਈ ਕੁੜੀ ਹੈ ਆਪਣੇ ਕੋਲ ਹਾਂਜੀ ਕੁੜੀ ਨਹੀਂ ਭਾਜੀ ਇਹ ਤਾਂ ਹੁਣ ਕਿਸੇ ਨੂੰ ਜਿਹੜੇ ਰਿਸ਼ਤੇ ਕਰਾਉਂਦੇ ਉਹਨਾਂ ਨਾਲ ਗੱਲ ਕਰਨੀ ਪੈਣੀ ਹੈ ਵੀ ਇਹ ਇਹੀ ਹੁੰਦਾ ਮੈਂ ਹੁਣ ਇਹ ਚਾਹ ਰਿਹਾ ਭਾਜੀ ਕਿ ਘੰਟੇ 'ਚ ਮੇਰਾ ਵਿਆਹ ਹੋ ਸਕਦਾ ਘੰਟੇ 'ਚ ਭਾਅ ਜੀ ਇਹ ਕਿਹੜਾ ਗੱਲ ਆ ਮਾਫ਼ੀ ਦੇਵੇ ਸਕੂਟਰ ਆ ਵੀ ਉਹ ਤੋਂ ਕਿਰਾਏ 'ਤੇ ਲੈ ਲੈਣਾ ਭਾਅ ਜੀ
ਗੱਲ ਆਪਣੀ ਗੱਲ ਦੱਸੋ ਨਾ ਵੀ ਤੁਹਾਨੂੰ ਕਿਹੜੀ ਗੱਲੋਂ ਕੁੱਟਿਆ ਉਹਨਾਂ ਨੇ ਤਾਂ ਕਿ ਪਤਾ ਲੱਗੇ ਆਪਾਂ ਜਾ ਕੇ ਸੁਲਾ ਕਰਾ ਦੇਵਾਂਗੇ ਕਿਹੜੀ ਗੱਲ ਕਾਲੇ ਨੇ ਮਾਰੀ ਮੇਰੀ ਪਹਿਲੇ ਚੰਡ ਕਾਲਾ ਸਾਲਾ ਜੀ ਤੁਹਾਡਾ ਸਭ ਤੋਂ ਵੱਡਾ ਜਿਹੜਾ ਵਿਆਹ ਕਿੰਨੇ ਸਾਲੇ ਆ ਜੀ 6-7 ਸਾਲੇ ਆ ਸੱਤ ਸਾਲੇ ਅੱਛਾ ਜੀ ਤੇ ਕਾਲਾ ਵੱਡਾ ਸਾਰਿਆਂ ਨਾਲ ਸਾਰਿਆਂ ਕਾਲਾ ਵੱਡਾ ਲਓ ਜੀ ਪਹਿਲੀ ਉਹਨੇ ਚੰਡ ਪੇਲੀ ਹੈ ਮੇਰੇ ਅੱਛਾ ਕਹਿੰਦਾ ਅਸੀਂ ਬਗੈਰਤ ਹਾਂ ਅਸੀਂ ਗੈਰਤਮੰਦ ਹਾਂ ਤੇਰੀ ਅਸੀਂ ਹਲੇ ਕੁੜੀ ਤੋਰੀ ਨਹੀਂ ਤੂੰ ਸਾਡੀ ਕੁੜੀ ਵਾਸਤੇ ਬਰਫੀਆਂ ਲੈ ਕੇ ਆਉਂਦਾ ਇੱਥੇ ਬਸ਼ਰਮ ਕਹਿੰਦਾ ਸਾਡੀ ਮੁਹੱਲੇ 'ਚ ਇੱਥੇ ਪਿੰਡ 'ਚ ਇੱਜ਼ਤ ਨਹੀਂ ਹੈਗੀ ਉਹਨੇ ਗੱਲਾਂ ਕੀਤੀਆਂ ਮੈਂ ਕਿਹਾ ਯਾਰ ਸਾਰਾ ਜੱਗ ਜਾਣਦਾ ਹੈ ਕਿ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਮੇਰੇ ਨਾਲ ਕੀਤਾ ਹੈ ਲਓ ਜੀ ਪਿੱਛੋਂ ਇੱਧਰੋਂ ਉਸ ਤੋਂ ਛੋਟਾ ਆਇਆ ਇੱਕ ਹਬਸ਼ੀ ਟੈਪ ਜਿਹੜਾ ਉਸ ਤੋਂ ਛੋਟਾ ਵੱਡੇ ਤੋਂ ਹਾਂ ਉਹਨੇ ਮੇਰੇ ਭਾਜੀ ਇਸ ਜਗ੍ਹਾ 'ਤੇ ਖੁੱਤੀ 'ਤੇ ਆ ਕੇ ਪੇਲੀ ਹੈ ਅਤੇ ਮੈਨੂੰ ਤੌਰ ਪੋਰ ਘੁੰਮ ਗਏ ਨੇ ਮੈਨੂੰ ਤਾਰੇ ਨਜ਼ਰ ਆ ਗਏ ਨੇ ਇਸ ਕਿਸਮ ਦੀ ਪੇਲੀ ਉਹਨੇ ਭਾਜੀ ਬੜਾ ਇੰਨੀ ਗੱਲ ਤੋਂ ਜੀ ਕੋਈ ਕਿੰਨੀ ਕੁ ਦੇਰ 'ਚ ਮੇਰਾ ਵਿਆਹ ਹੋ ਜਾਏਗਾ ਭਾਜੀ ਹੁਣ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਕਿੰਨੀ ਦੇਰ 'ਚ ਸਾਨੂੰ ਤਾਂ ਨਹੀਂ ਪਤਾ ਮੁੜ ਕੇ ਕੀ ਹੋਇਆ ਜੀ ਮੁੜ ਕੇ ਉਹਨਾਂ ਨੇ ਜਨਾਬ ਪਾਇਆ ਮੈਨੂੰ ਲੰਮਿਆਂ ਅੱਛਾ ਜੀ ਉੱਥੇ ਵਿਹੜੇ ਦੇ ਵਿੱਚ ਅਤੇ ਕਿਤੇ ਪੇਲੀਆਂ ਨੇ ਮਾਰਿਆ ਸੱਤਾਂ ਨੇ ਮਾਰਿਆ ਉਹਨਾਂ ਦੀ ਮਾਈ ਨੇ ਮਾਈ ਵੀ ਨਾਲ ਰਲ ਗਈ ਇੱਕਦਮ ਹੱਥਾਂ ਨਾਲ ਹਾਂ ਮੇਰੀ ਮੰਗੇਤਰ ਦੀ ਮਾਈ ਨਹੀਂ ਨਹੀਂ ਜਿਹੜਾ ਜਿਹਦੇ ਹੱਥ ਆਇਆ ਮਾਈ ਨੇ ਹੁਣ ਫੜਿਆ ਝਾੜੂ ਝਾੜੂ ਮਾਈ ਨੇ ਫੜਿਆ ਤੇ ਕਿਤੇ ਮੈਨੂੰ ਝੰਬਿਆ ਮਾਈ ਨੇ ਤੇ ਮਾਈ ਨੂੰ ਇਹ ਨਹੀਂ ਸੀ ਮਾਈ ਨੂੰ ਪਤਾ ਨਹੀਂ ਸਾਡਾ ਜਵਾਈ ਭਾਈ ਆ ਜੇ ਪਹਿਲਾਂ ਵੀ ਆ ਗਿਆ ਤਾਂ ਇਦਾਂ ਚੱਲ ਜਾਂਦਾ ਬੰਦਾ ਬਗੈਰਤ ਬਗੈਰਤ ਲੋਕ ਨੇ ਤੇ ਕੋਈ ਰਿਸ਼ਤਾ ਤਾਂ ਕਰਾਓ ਮੇਰਾ ਤੇ ਫੋਨ ਮੇਰਾ ਤੁਸੀਂ ਲੈ ਲਓ ਤੇ ਪੈਕੇਜ 'ਤੇ ਗੱਲ ਕਰੋ ਕਿਸੇ ਕੁੜੀ ਨਾਲ ਨੰਬਰ ਦੱਸੋ ਮੈਨੂੰ ਹੈ ਕੋਈ ਰਿਸ਼ਤੇਦਾਰ ਆਪਣੀ ਕੁੜੀ ਭਾਜੀ ਤੁਸੀਂ ਤੁਹਾਡੇ ਨਾਲ ਜੋ ਬਣੀ ਆ ਉਹ ਦੱਸਿਓ ਨਾ ਹਾਂ ਅਸੀਂ ਰਿਸ਼ਤਾ ਇੰਨਾ ਜ਼ਿਆਦਾ ਮਾਰਿਆ ਅਸੀਂ ਕੀ ਕਹਿ ਕੇ ਰਿਸ਼ਤਾ ਲੱਭੀਏ ਵੀ ਮੁੰਡਾ ਕੁੱਟ ਬਹੁਤ ਖਾ ਲੈਂਦਾ ਵਾ ਮਤਲਬ ਅਤੇ ਤੁਹਾਡੇ ਕੋਲ ਕੋਈ ਰਿਸ਼ਤਾ ਜੀ ਭਾਜੀ ਰਿਸ਼ਤਾ ਅੱਲਾ ਮਾਫੀ ਦੇਵੇ ਕਿੱਦਾਂ ਦੀ ਗੱਲ ਤੂੰ ਕਾ ਪੱਕੀ ਪੂਲੀ ਤੇ ਬਹਿਣਾ ਉਹਨਾਂ ਕੋਲ ਲੰਘਦੇ ਆ ਵਰਦ ਤੇਰੇ ਯਾਰ ਤੇਰੇ ਦੇ ਸਾਹਮਣੇ ਜੁੱਫੇ ਦਾ ਕੇ ਹਲੇ ਹੋ ਕੇ ਹਟਿਆ ਵਿਆਹ ਤੇ ਉਹ ਤਾਂ ਵੱਡੇ ਸਿਆਣੇ ਵੇਖਦੇ ਸੀ ਇੱਥੇ ਰਿਸ਼ਤਾ ਕਰਾਉਂਦੇ ਆ ਤੁਸੀਂ ਕੋਈ 10,000 ਨਹੀਂ ਉਹਨਾਂ ਨੂੰ ਕਹਿ ਲੈਂਦੇ ਭਾਜੀ ਕੁੜੀ ਜ਼ਰਾ ਮੇਰੇ ਤਰ੍ਹਾਂ ਹੋਵੇ ਸੋਹਣੀ ਸੁਣਾ ਯਾਰ ਕੁੜੀ ਤੇ ਯਾਰ ਕਿੱਦਾਂ ਮਿਸ਼ਰਾ ਭਾਈ ਆ ਵੀ ਜਦੋਂ ਰਿਸ਼ਤੇ ਦੀ ਗੱਲ ਕਰਦੇ ਉਸ ਤੋਂ ਬਾਅਦ ਮੈਂ ਕੁਛ ਕਹਿਣ ਲੱਗਾ ਤੇ ਜ਼ਖਮ ਦੇਖਣ ਲੱਗ ਪੈਂਦਾ ਆਪਾਂ ਨਹੀਂ ਉਹਨੂੰ ਕੁੱਟਿਆ ਬਾਬਾ ਜੀ ਮਾਰ ਕੇ ਜੀ ਮਨ ਦਾ ਆਹ ਗੱਲ ਕਰ ਸਾਨੂੰ ਕੱਲ੍ਹ ਕਹੀ ਕੁੜੀ ਜ਼ਰਾ ਗੋਰੀ ਚਿੱਟੀ ਹੋਵੇ ਹਾਏ ਤੁਸੀਂ ਮੇਰੇ ਯਾਰ ਆ ਤੇ ਤੁਸੀਂ ਮੇਰਾ ਸੋਚਣਾ ਤੇ ਸੋਚਣਾ ਕਹਿੰਦੇ ਆ ਭਰਾ ਆ ਤੁਸੀਂ ਮੇਰੇ ਨਹੀਂ ਉਹਨਾਂ ਨੂੰ ਪੁੱਛ ਲੈਂਦੇ ਆ ਜਾ ਕੇ ਪਿੰਡ ਦਾ ਲੰਗੜੀ ਹੋਈ ਆ ਤੁਹਾਡੀ ਉਹਨਾਂ ਨੇ ਪਿੰਡ ਦਾ ਲੰਬੜਦਾਰ ਪਾ ਕੇ ਯਕੂਬ ਨੂੰ ਨਹੀਂ ਨਹੀਂ ਲੰਬੜਦਾਰ ਨਹੀਂ ਆਪਾਂ ਪਾਉਣਾ ਆਪਾਂ ਜਾ ਕੇ ਸਿਰਫ ਲੰਬੇਆਂ ਪਾਉਣੇ ਆ ਬਸ ਅਸ ਡਾਂਗ ਤੁਹਾਡੇ ਕੋਲ ਆ ਕਿਹੜੀ ਸਾਡੇ ਕੋਲ ਹੈ ਇੰਨਾ ਬੰਦਾ ਮਰ ਜਾਏਗਾ ਐਸੀ ਗੱਲ ਕਰੀ ਜਾਂਦੇ ਆ ਭਾਈ ਨਾਲੇ ਆ ਹੁਣ ਤਾਂ ਭਾਈ ਤੂੰ ਸਾਡੇ ਕੋਲ ਆਇਆ ਵਾ ਤੇ ਤੇਰੇ ਵਾਕਫ ਵੀ ਹੋ ਗਏ ਆ ਤੇ ਮੈਨੂੰ ਚੱਕਰ ਆਣ ਡਏ ਆ ਤੁਸੀਂ ਮੇਰੇ ਯਾਰ ਆ ਪੁਰਾਣੇ ਪੁਰਾਣੇ ਕਿੱਦਾਂ ਭਾਜੀ ਅਚਾਨਕ ਤੁਸੀਂ ਮਿਲੇ ਹੋ ਆ ਨਲਕੇ ਤੇ ਪਾਣੀ ਪੀਤਾ ਉਹ ਤੋਂ ਬਾਅਦ ਗੱਲ ਸ਼ੁਰੂ ਹੋ ਗਈ ਇਹ ਕਿਹੜੀ ਯਾਰੀ ਵੀ ਤੇਰੀ ਖਾਤਰ ਸੀ ਇਹ ਆ ਕਿ ਬੂਆ ਖੜਕਾਉਣਾ ਤੁਸੀਂ ਸਭ ਤੋਂ ਪਹਿਲੇ ਜਾ ਕੇ ਕਿਹਨੇ ਤੁਸੀਂ ਤੇ ਬੂਆ ਖੜਕਾ ਕੇ ਤੁਸੀਂ ਸਭ ਤੋਂ ਪਹਿਲੀ ਇਹ ਗੱਲ ਕਹਿਣੀ ਆ ਕਿ ਓਏ ਨਿਕਲੋ ਕੰਜਰੋ ਬਾਹਰ ਬਸ ਆ ਤੇਰੇ 7 ਸਾਲਿਆਂ ਨੇ ਘਰ ਜਾ ਹਾਂਜੀ ਹਾਂਜੀ ਇਹ ਕਾਲੇ ਨੂੰ ਪੇਲਣੀ ਆ ਤੁਸੀਂ ਕਾਲੇ ਨੂੰ ਜਿਹਦੇ ਤੈਨੂੰ ਪੇਲੀ ਆ ਹਾਂ ਮੈਂ ਪੇਲੀ ਹਾਂ 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 ਤੁਸੀਂ ਦੋਨਾਂ ਨੇ ਬੰਦੂਕਾਂ ਹੈਗੀਆਂ ਹੈ ਬੰਦੂਕਾਂ ਨਹੀਂ ਨਹੀਂ ਅਸੀਂ ਬੰਦੂਕਾਂ ਦੇ ਅੱਗੇ ਖਲੋ ਸਕਦੇ ਹਾਂ ਉਹ ਭਾਈ ਤੂੰ ਸਾਡਾ ਐਡਾ ਵਾਕਫ ਹੈਗਾ ਮੈਂ ਤੇਰੀ ਖਾਤਰ ਜਾ ਕੇ ਅਸੀਂ ਉੱਥੇ ਲੜਾਈ ਕਰਦੇ ਫਿਰ ਤਾਂ ਭਾਜੀ ਤੁਹਾਨੂੰ ਵੈਸੇ ਪੁੱਛਣ ਡਏ ਆ ਕਿ ਵੀ ਤੈਨੂੰ ਕਿੰਨੇ ਮਾਰਿਆ ਕੀ ਗੱਲ ਆ ਤੂੰ ਆ ਕੋ ਸਾਨੂੰ ਨਾਲ ਤੁਰਨ ਨੇ ਲੜਾਈ ਚ ਇਹ ਕਰਦੇ ਕੀ ਸਾਲੇ ਤੁਹਾਡੇ ਬਦਮਾਸ਼ ਨੇ ਸਾਲੇ ਬਦਮਾਸ਼ ਉਹ ਜਿਹੜਾ ਦੂਸਰਾ ਨਾ ਕਾਲਾ ਜਿਹੜਾ ਉਹ ਲੁਹਾਰਾਂ ਦੇ ਨਾਲ ਨਹੀਂ ਉਹ ਰਹਿੰਦੇ ਜਿਹੜੇ ਉਹ ਤਾਂ ਨਹੀਂ ਉਹੀ ਉਹੀ ਕਿ ਬਾਬਰ ਹੋਣਾ ਦੀ ਗੱਲ ਕਰ ਹਾਂ ਉਹੀ ਆ ਜਿਹੜਾ ਜੇਲੋਂ ਛੁੱਟ ਕੇ ਆਇਆ ਵੱਡਾ ਕਾਲਾ ਅੱਛਾ ਜਿਹੜਾ ਜੇਲੋਂ ਉਹ 15 ਦਿਨ ਬਾਬਰ ਜੱਟ ਜਿਹਨੇ ਮਾਰਿਆ ਹੁਣ ਬੰਦਾ ਮਾਰ ਕੇ ਗਿਆ ਸੀ ਹਾਂ ਉਹਨੂੰ ਤੁਸੀਂ ਜਾ ਕੇ ਨਾ ਇਹ ਗਰੇਬਾਨ ਤੋਂ ਫੜਨਾ ਉਹ ਭਾਈ ਹਾਂ ਉਹਨੂੰ ਜਿਹਨੇ ਬੰਦਾ ਮਾਰਿਆ ਉਹਨਾਂ ਦੀ ਕਹਿਣਾ ਅਸੀਂ ਇੱਥੇ ਘੰਟੇ ਤੇ ਬੈਠੇ ਨਾ ਰਿਸ਼ਤੇਦਾਰੀ ਦਾ ਵੇਖਣ ਨੇ ਵੀ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਬੁਲਾਉਣਾ ਅਸੀਂ ਤੇਰੇ ਇੰਨੇ ਵਾਕਫ ਹਾਂ ਦੋਨੋਂ ਉਹਨੂੰ ਕਹਿਣ ਡਏ ਆ ਹਾਂ ਉਹ ਭੀੜੇ ਨੂੰ ਹਾਂ ਤੇ ਕਿੰਨੀ ਉਮਰ ਜਿਹਨੇ ਕੁੜੀ ਦੀ ਉਮਰ ਕਿੰਨੀ ਯਾਰ ਤੂੰ ਕੁੜੀ ਦੀ ਉਮਰ ਛੱਡ ਤੂੰ ਸਾਨੂੰ ਜਿਹੜੇ ਕੰਮ 'ਚ ਤੁਰਨ ਦਿਆ ਲੋਕਾਂ ਨੇ ਕਹਿਣਾ ਵੀ ਕਿੰਨੀ ਕੁ ਉਮਰ ਸੀ ਦੋਵਾਂ ਦੀ ਕੈਸੀ ਗੱਲ ਕਰੀ ਜਾ ਰਿਹਾ ਭਾਈ ਅਸੀਂ ਤਾਂ ਤੇਰਾ ਵੈਸੇ ਪਤਾ ਲੈਣ ਡਏ ਆ ਯਾਰ ਤੁਸੀਂ ਸਿਰਫ ਚਲੋ ਅਸਲਾ ਕਿੱਥੇ ਤੁਹਾਡਾ ਭਲਾ ਅਸਲਾ ਸਾਡੇ ਕੋਲ ਨਹੀਂ ਹੈਗਾ ਭਾਜੀ ਸਾਡੇ ਕੋਲ ਕਿੱਥੋਂ ਅਸਲਾ ਆ ਗਿਆ ਨਹੀਂ ਤੁਸੀਂ ਭੀੜੇ ਹੁਣਾਂ ਦੀ ਗੱਲ ਕਰ ਰਿਹਾ ਇਹ ਉਹ ਯਾਰ ਤੂੰ ਨਾ ਗੱਲ ਹੀ ਲਈ ਜਾਂਦਾ ਯਾਰ ਅੰਮਾ ਮੁੱਖੋ ਦੇ ਮੁੰਡੇ ਅਸਲਾ ਕੀ ਕਰਨਾ ਭਾਈ ਤੂੰ ਤੁਸੀਂ ਮੇਰੇ ਨਾਲ ਚੱਲੋ ਜਿੰਨਾ ਉਹਨਾਂ ਨੇ ਮੈਨੂੰ ਪੇਲੇ ਆਉਣਾ
ਠੀਕ ਪਹਿਲਿਆ ਲੱਗਦਾ ਤੈਨੂੰ ਯਾਰ ਜਿੰਨਾ ਨਾਲ ਗੱਲ ਬਹਿ ਕੇ ਗੱਲ ਕਰ ਲੈਨੇ ਆ ਤੇ ਉਹਦੇ ਨਾਲ ਵੱਧ ਸਾਨੂੰ ਭੇਲਣਾ ਉਹਨੇ ਨਹੀਂ ਤੁਸੀਂ ਮੈਨੂੰ ਦੱਸੋ ਬਰਫੀ ਲਿਜਾ ਨਹੀਂ ਸਕਦਾ ਕੋਈ ਬੰਦਾ ਆਪਣੀ ਮੰਗਤਾਂ ਵਾਸਤੇ ਨਹੀਂ ਲਿਜਾ ਨਹੀਂ ਸਕਦਾ ਅਗਲੇ ਗੈਰਤਮੰਦ ਅਗਲੇ ਨਹੀਂ ਬਰਫੀ ਲਿਜਾ ਛਿੱਤਰ ਖਾਣ ਵਾਲੇ ਪੜ੍ਹ ਕੇ ਲਿਜਾ ਸੀ ਵੀ ਤੂੰ ਉੱਥੇ ਇਲਮ ਕਰਵਾ ਕੇ ਬਰਫੀ ਲੈ ਗਿਆ ਸੀ ਇਹ ਚ ਗੈਰਤ ਵਾਲੀ ਕਿਹੜੀ ਗੱਲ ਹੈ ਗੈਰਤ ਵਾਲੀ ਗੱਲ ਆ ਵੀ ਅਜੇ ਤੇਰੀ ਮੰਗਣੀ ਹੋਈ ਆ ਤੇ ਤੂੰ ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਉਣਾ ਤੇ ਕੱਲ ਤੋਰਨੇ ਨਹੀਂ ਉਹਨਾਂ ਨੇ ਮੇਰੇ ਨਾਲ ਉਹਨਾਂ ਦੇ ਭਰਾ ਸਾਰੇ ਬਦਮਾਸ਼ ਆ ਪੀਟੇ ਉਹਨਾਂ ਦੀ ਗੱਲ ਕਰਨ ਡਿਆ ਅੱਲਾ ਹੀ ਮਾਫੀ ਨਹੀਂ ਤੋਰਨੇ ਕੱਲ ਤੋਰਨੇ ਨਹੀਂ ਉਹਨਾਂ ਨੇ ਮੇਰੇ ਨਾਲ ਕੱਲ ਤੋਰਨੇ ਤੇ ਤੂੰ ਕਾਹਨੂੰ ਆ ਗਿਆ ਮਠਾਈ ਆ ਮਠਿਆਈ ਲੈ ਕੇ ਤੂੰ ਆ ਗਿਆ ਐਡਾ ਤੂੰ ਤੂੰ ਵੈਸੇ ਆਪਣੀ ਮਾਈ ਦਾ ਪਾਸ ਹੋਇਆ ਤੂੰ ਚੌਥੀ ਚ ਪਾਸ ਹੋਇਆ ਤੂੰ ਮਠਿਆਈ ਦੇਖ ਲੈ ਕੇ ਜਾਣੀ ਉਹਨੇ ਦੀ ਹਾਂ ਘਰੋਂ ਸੱਬੜਾ ਸੁਬੜਾ ਲਵੋ ਕੀ ਗੱਲ ਕਿਉਂਕਿ ਹੁਣ ਵਕਤ ਆ ਗਿਆ ਯਾਰੀ ਨਿਭਾਉਣ ਦਾ ਤੁਹਾਡੀ ਸਾਡੀ ਜਿਹੜੀ ਯਾਰੀ ਹੈ ਨਾ ਜੀ ਯਾਰੀ ਯਾਰ ਤੂੰ ਹੁਣ ਤਾਂ ਸਾਨੂੰ ਮਿਲ ਲਿਆ ਆ ਤੇ ਇੰਨਾ ਸਾਡੀ ਕਾਹਦੀ ਯਾਰੀ ਹੋ ਗਈ ਆ ਸਾਡੀ ਸਾਡੀ ਯਾਰੀ ਦੇ ਵਿੱਚ ਸਿੰਗਲ ਇੱਕ ਨਲਕਾ ਆਵਾ ਜਿੱਥੋਂ ਤੇ ਪਾਣੀ ਪਿਆ ਆ ਅੱਜ ਤੈਨੂੰ ਤੁਰ ਜਾਂਦੇ ਪੁੱਛਿਆ ਭਾਜੀ ਕੀ ਗੱਲ ਕਾਲੇ ਤੇ ਤੁਸੀਂ ਜਾਂਦੇ ਹੀ ਸੱਬਲ ਪੇਲਣੀ ਆ ਸਿਰ 'ਚ ਕਿਹੜੇ ਕਾਲੇ ਦੇ ਉਹਦੇ ਕਾਲੇ ਦੇ ਮੇਰੀ ਕਾਲੇ ਨਾਲ ਕਾਹਦੀ ਲੜਾਈ ਮੈਂ ਕੋ ਸੱਬਲ ਪੇਲਾ ਉਹਨੂੰ ਸੱਬਲ ਪੇਲੋ ਤੁਸੀਂ ਇਹ ਆ ਕਿ ਹਿੰਦ ਸਿੰਧ 'ਚ ਤੁਹਾਡਾ ਨਾਂ ਹੋ ਜਾਣਾ ਇਹਨਾਂ ਸਾਰਿਆਂ ਨੂੰ ਕੁੱਟ ਕੇ ਨਾ ਕੁੜੀ ਇੰਜ ਫੜਨੀ ਤੁਸੀਂ ਬਾਹੋਂ ਤੇ ਕੁੜੀ ਫੜ ਕੇ ਉਹਨੂੰ ਸਮਝਾ ਯਾਰ ਭੀਟੇ ਦੀ ਭੈਣ ਦੀ ਗੱਲ ਕਰਨ ਡਿਆ ਆ ਉਹ ਗੱਲ ਕਰਨ ਵਾਲੀ ਹੈ ਆ ਇਹ ਮੰਗਿਆ ਤੇ ਉਹਨਾਂ ਨੇ ਮਾਫ਼ ਨਹੀਂ ਕੀਤਾ ਅਸੀਂ ਤਾਂ ਫੇਰ ਪਿੰਡ 'ਚ ਰਹਿੰਦੇ ਆ ਤੈਨੂੰ ਮਾਰ ਕਿਹੜੀ ਗੱਲੋਂ ਪਈ ਉਹ ਕੁੜੀ ਮੇਰੇ ਹੱਥ ਫੜਾਉਣੀ ਆ ਤੇਰੇ ਹੱਥ ਕਿਉਂ ਫੜਾਉਣੀ ਕੁੜੀ ਕੀ ਗੱਲ ਆ ਤੇਰੀ ਤੇਰੀ ਕੁੜੀ ਤੁਸੀਂ ਹੁਣ ਕਹਿਣਾ ਲੈ ਸ਼ੇਰਾ ਤੂੰ ਸਾਡੇ ਪਿੰਡ ਆਇਆ ਸੀ ਤੈਨੂੰ ਸ਼ੇਰਾ ਅਸੀਂ ਤੈਨੂੰ ਕਹਿਣਾ ਹੀ ਨਹੀਂ ਸ਼ੇਰਾ ਸ਼ੇਰਾ ਹੁੰਦਾ ਤਾਂ ਉੱਥੇ ਮਾਰ ਖਾ ਕੇ ਆਉਂਦਾ ਆਪ ਤਾਂ ਬਖੀਆ ਪੜਵਾ ਕੇ ਆ ਗਿਆ ਸਾਡੇ ਲਈ ਸ਼ੇਰਾ ਆ ਗਿਆ ਤੇਰਾ ਸ਼ੇਰਾ ਤੁਸੀਂ ਜਾ ਫੜ ਜਿੱਡਾ ਤੇਰਾ ਕੱਦ ਆ ਉਹਨਾਂ ਨੂੰ ਕੱਢ ਬਾਹਰ ਤੁਸੀਂ ਮੈਨੂੰ ਕਹਿਣਾ ਲੈ ਸੋਣਿਆ ਫੜ ਕੁੜੀ ਤੇ ਜਾ ਕਾੜੇ ਜਾ ਕੇ ਜ਼ਿੰਦਗੀ ਗੁਜ਼ਾਰ ਆਪਣੀ ਕੁੜੀ ਕੁੜੀ 250 ਦੀ ਆਉਂਦੀ ਆ ਪਹਿਲਾ ਮੁੰਡਾ ਹੋਗਾ ਨਾ ਪਹਿਲਾ ਮੁੰਡਾ ਤੇ ਸਭ ਤੋਂ ਪਹਿਲੇ ਮਠਿਆਈ ਤੁਹਾਨੂੰ ਘੋਣੀ ਮੈਂ ਸਾਨੂੰ ਮਠਿਆਈ ਨਾ ਖਵਾ ਤੂੰ ਅਸੀਂ ਜੰਮੀ ਆ ਹਾਂ ਤੂੰ ਜਾ ਕੇ ਪੁੱਛ ਲੈ ਉਹਨੂੰ ਭਾਜੀ ਨੂੰ ਪਾਣੀ ਪਲਾਈਏ ਤੁਹਾਨੂੰ ਐ ਪਲਾਈਏ ਮੈਂ ਕਹੀਏ ਨਾ ਬੰਦ ਹੋ ਜਾ ਇਸ ਗੱਲ ਨੂੰ ਮਿੱਟੀ ਪਾ ਅਗਲੇ ਦਾ ਆਪਣਾ ਰੌਲਾ ਆ ਤੈਨੂੰ ਸੁਲਾ ਮਾਰਦੀ ਪੈ ਜਾਂਦੀ ਯਾਰ ਮੈਂ ਤਾਂ ਹਮਦਰਦੀ ਕੀਤੀ ਯਾਰ ਮਾਨੇ ਹਮਦਰਦੀ ਕਰਦੀ ਜਾ ਭਾਜੀ ਅਸੀਂ ਸਾਡੇ ਵੱਲੋਂ ਜੋ ਮਰਜ਼ੀ ਕਰ ਕੇ 6 ਨਿਆਣੇ ਜਦੋਂ ਤੱਕ ਨਾ ਜੰਮੇ ਮੈਂ ਮਾਪਿਆਂ ਦੇ ਆਉਣੀ ਨਹੀਂ ਦੇਣੀ ਬਸ ਤੈਨਾਂ ਭੇਜਣੀ ਨਹੀਂ ਉਹਨਾਂ ਨੇ ਭੇਜਣੀ ਤੁਸੀਂ ਭੇਜਣੀ ਹੈ ਜੋ ਅਸੀਂ ਕੇ ਭੇਜਣੀ ਅਸੀਂ ਨਾਨਕੇ ਆ ਉਹਦੇ ਅਸੀਂ ਭੇਜਣੀ ਆ ਸਾਡੇ ਵੱਲ ਮਰੇ ਮੁੱਕੇ ਉਹ ਵੀ ਨਾਲੇ ਮਰ ਮੁੱਕ ਤੂੰ ਵੀ ਯਾਰ ਇਹ ਹੁਣ ਇਹ ਤਾਂ ਵਕਤ ਹੁੰਦੇ ਯਾਰੀ ਨਿਭਾਉਣ ਦੇ ਅਸੀਂ ਨਹੀਂ ਨਿਭਾਉਣੀ ਨਿਭਾਉਣੀ ਹੋਰ ਕਿਹੜਾ ਵਕਤ ਹੁੰਦਾ ਉਹ ਭਾਈ ਮਿੰਟ ਤੋਂ ਪਹਿਲਾਂ ਗੋਲੀ ਮਾਰਦੇ ਉਹ ਕਿੱਡੇ ਕੂੜਾ ਉਹ ਇਹ ਆ ਕੇ ਜਾਂਦੇ ਹੀ ਇਹਨਾਂ ਨੂੰ ਲੰਮੇ ਲੰਮੇ ਪਾ ਕੇ ਅੰਦਰੋਂ ਕੁੜੀ ਕੱਢ ਲਿਆਉਣੀ ਆ ਯਾਰ ਸਾਡਾ ਦਿਲ ਕਰਦਾ ਅਸੀਂ ਤੈਨੂੰ ਲੰਮੇ ਪਾ ਲਈਏ ਸਾਨੂੰ ਤਾਂ ਲੰਮੇ ਪੈਣ ਦਾ ਕਹਿ ਰਿਹਾ ਸਾਨੂੰ ਮੰਦਰ ਅਗਲਾ ਨਜ਼ਰ ਆਉਣ ਡਿਆ ਆ ਵਿਚਾਰ ਤਾਂ ਕੁੱਤਾ ਹੀ ਰੱਖੇ ਉਹਨਾਂ ਨੇ ਯਾਰ ਤੂੰ ਇਹ ਮਾਨੇ ਵਾਕਫ ਕਿੱਦਾਂ ਕਿੱਡਾ ਹੋ ਗਿਆ ਯਾਰ ਤੂੰ ਹੀ ਪਾਣੀ ਪੀ ਲਓ ਭਾਜੀ ਆ ਜਾਓ ਪੰਦੇਸੀ ਆ ਤੁਸੀਂ ਪੰਦੇਸੀ ਤੂੰ ਹੀ ਕਹੀ ਜਾਂਦਾ ਸੀ ਕਿ ਭਾਜੀ ਕੀ ਹੋਇਆ ਮਾਰਿਆ ਕਿਸੇ ਨੇ ਦੱਸ ਹੁਣ ਅਸੀਂ ਤਾਂ ਤੁਰੇ ਜਾਂਦੇ ਵੈਸੇ ਬੰਦਾ ਪੁੱਛ ਲੈਂਦਾ ਉੱਥੇ ਐਕਸੀਡੈਂਟ ਹੋਇਆ ਬੰਦਾ ਪੁੱਛ ਨਹੀਂ ਲੈਂਦਾ ਭਾਜੀ ਕੀ ਹੋਇਆ ਮੈਂ ਵੀ ਉੱਤੇ ਹੀ ਪੁੱਛਿਆ ਹੋਰ ਮੈਂ ਉਹਦੇ ਕੋਲ ਸੈਲਫੀ ਖਿਚਾਉਣੀ ਉਹ ਜਿਹੜੀ ਮੇਰੀ ਮੇਰੇ ਮੇਰੇ ਜਿੰਨੇ ਮਾਰੇ ਨਾ ਝਾੜੂ ਇਹ ਮੇਰੀ ਸੱਸ ਨੇ ਇਹਨੂੰ ਗੁੱਤੋਂ ਫੜ ਕੇ ਕਿਹੜੀ ਸੁਣਾ ਤੂੰ ਓਏ ਓਏ ਪਰਚਾ ਕਰਾਉਣ ਜਾਂਦੀ ਆ ਉਹਦੇ ਹੀ ਐਸਐਚਓ ਵਾਕਫ ਆ ਉਹਦੇ ਹੀ ਪੁਲਿਸ ਵਾਲੇ ਵਾਕਫ ਆ ਜਿਹੜੇ ਤੂੰ ਕਹੀ ਜਾਂਦਾ ਗਿੱਟੇ ਫੜ ਕੇ ਉਹਨੂੰ ਮਾਰ ਦੇ ਉਹਦੇ ਹੀ ਵਾਕਫ ਆ ਸਾਰੇ ਤੇ ਤੁਹਾਨੂੰ ਕੀ ਹੋ ਜਾਣਾ ਲੈ ਤੁਹਾਡਾ ਕੀ ਕਰ ਲੈਣਾ ਉਹਨਾਂ ਨੇ ਤੇਰਾ ਕੀ ਕਰ ਲੈਣਾ ਸੀ ਤੂੰ ਚਲ ਜਾ ਦੁਬਾਰਾ ਜਾ ਉਸ ਦੁਬਾਰਾ ਜਾ ਚਲੀਏ ਆ ਜੋ ਆਪਾਂ ਲੈ ਚਲੀਏ ਤੂੰ ਹੁਣ ਦੇਖੀਏ ਇਹਨਾਂ ਨੂੰ ਲੈ ਸਾਡਾ ਕੀ ਕਰ ਲੈਣਾ ਬਾਵਾ ਤੂੰ ਇੰਜਣ ਟੰਬਲ ਰਿਹਾ ਜਿਵੇਂ ਇੱਕ ਮਿੰਟ ਯਾਰ ਮੈਂ ਉਹਨੂੰ ਕਹਿਣ ਲੱਗਾ ਯਾਰ ਸਾਡੇ ਸਾਹਮਣੇ ਨਾ ਫੋਨ ਕਰ ਨਾ ਕੀ ਤੁਹਾਡੇ ਸਾਡੇ ਨਾਲ ਨਾ ਕੀ ਤੁਹਾਡੇ ਨਾ ਮੇਰਾ ਸਾਡੇ ਨਾਲ ਨਾ ਕੀ ਆ ਗਵਾਚੇ ਅਸੀਂ ਪਰ ਨਹੀਂ ਨਹੀਂ ਨਾ ਕੀ ਇਹਨਾਂ ਦਾ ਮੇਰਾ ਨਾਮ ਕੋਈ ਵੀ ਨਹੀਂ ਹੈਗਾ ਮਾਨਾ ਨਾ ਕੋਈ ਨਹੀਂ ਸਾਡਾ ਨਾਮ ਹੈ ਨਾ ਓ ਯਾਰ ਇੱਕ ਯਾਰ ਇੱਕ ਮਿੰਟ ਇੱਕ ਮਿੰਟ ਖਲੋ ਭਾਈ ਅਸੀਂ ਆ ਚਲੀਏ ਓ ਯਾਰ ਇੱਕ ਮਿੰਟ ਠਹਿਰ ਲੈ ਕਾਲੇ ਓ ਮੇਰੇ ਸਾਲੇ ਕਹਤਾ ਈ ਓ ਸਾਲਿਆ ਸਾਲਿਆ ਕੁੱਟਿਆ ਨਾ ਮੈਨੂੰ ਤੂੰ ਰੱਜ ਕੇ ਰੀਚਾਂ ਲਾਈਆਂ ਨਾ ਮਾਨਾ ਨਾ ਜਿਹੜਾ ਤੁਹਾਡੇ ਪਿੰਡ ਦਾ ਭਾਰ ਹੋਇਆ ਮਾਨਾ ਹੋਇਆ ਯਾਰ ਮੈਂ ਉਹਨੂੰ ਲੈ ਕੇ ਨਾਲ ਆਉਣ ਡਿਆ ਸਾਲੇ ਤੇਰੇ ਦੇਖੀ ਕਹਿੰਦੇ ਨਾ ਦੱਸਿਆ ਉਹਨੂੰ ਹਾਂ ਉਹਨੂੰ ਕੋਈ ਨਾ ਦੱਸਿਆ ਤੂੰ ਮੇਰਾ ਦੇਖੀ ਤੇਰੀਆਂ ਆਂਦਰਾਂ ਕੱਢਦੇ ਤੂੰ ਕੋਈ ਨਾ ਦੱਸਿਆ ਮਾਨਾ ਨਾ ਹੀ ਬਦਮਾਸ਼ ਦਾ ਤੁਹਾਡੇ ਪਿੰਡ ਦਾ ਹੀ ਹੈ ਕੋਈ ਬਦਮਾਸ਼ ਨਹੀਂ ਅੱਲਾ ਦੀ ਕਸਮ ਹੈ ਭਾਜੀ ਫਕੀਰਾਂ ਦਾ ਮੁੰਡਾ ਬੋਲ ਰਿਹਾ ਯਕੂਬ ਹਾਂ ਫਕੀਰਾਂ ਦਾ ਮਾਨਾ ਹੀ ਮਾਨਾ ਭਾਈ ਆ ਤੂੰ ਸਾਡਾ ਭਾਈ ਅੰਮਾ ਮੁਖੋ ਦਾ ਪੋਤਾ ਕਰ ਲਈ ਸਿਰ ਤੋਂ ਥਾਂ ਹੀ ਕਰਨਾ ਤੂੰ ਉਹਦਾ ਮਾਨੇ ਦਾ ਕਰ ਲੈ ਯਾਰ ਲਹਕਾਰ ਯਾਰ ਕਰ ਲੈ ਆਏ 5 ਮਿੰਟ ਤੂੰ ਜਿੰਨੇ ਬੰਦੇ ਬੁੰਦੇ ਇਕੱਠੇ ਕਰਨੇ ਆਪਣੇ ਬੂਏ ਕੇ ਇਕੱਠੇ ਕਰ ਲੈ ਮਾਨਾ ਕੱਲਾ ਹੀ ਆ ਰਿਹਾ ਨਾਲ ਉਹਦਾ ਯਾਰ ਆ ਫੜ ਲਿਆ ਜੀ ਫੜ ਲਿਆ ਆ ਜਾਓ ਤੁਸੀਂ ਇਹਨੂੰ ਫੜ ਲਿਆ ਸੀ ਉਹ ਅਸੀਂ ਦੇਖ ਲਿਆ ਕਿ ਚੱਲੇ ਉੱਥੇ ਬੰਦਾ ਇਕੱਠਾ ਕਰ ਲਓ ਯਾਰ ਤੇਰਾ ਭਾਈ ਅਸੀਂ ਪੁੱਛਿਆ ਹੀ ਆ ਤੇਰਾ ਵੀ ਤੈਨੂੰ ਕੀ ਗੱਲ ਹੋਈ ਆ ਸਾਡਾ ਇੱਕ ਕੀ ਕਸੂਰ ਆ ਚਲੋ ਆ ਜਾਓ ਲੈ ਕਿੱਥੇ ਆ ਜੀ ਯਾਰ ਆ ਜਾਓ ਓਏ ਆਰਾਮ ਨਾਲ ਬਹਿ ਯਾਰ ਆ ਜੀ ਦੇਖੀ ਇਹ ਆ ਕਿ ਭਾਜੀ ਅੱਜ
ਇਹ ਆ ਕੇ ਭਾਜੀ ਮੈਂ ਖੜੋਣਾ ਪਿੱਛੇ ਤੁਸੀਂ ਮੈਨੂੰ ਕਹਿਣਾ ਕਿ ਆ ਜਾ ਵੀ ਲੰਮੇ ਪਾਤੇ ਸਾਰੇ ਅਸੀਂ ਅੱਗੇ ਜਾਈਏ ਅੱਗੇ ਜਾਈ ਉਹਨਾਂ ਨੇ ਝਾਕਾ ਲਿੱਥੇ ਆਇਆ ਉਹ ਯਾਰ ਅਸੀਂ ਵੇਟ ਲਿਫਟਿੰਗ ਕਰਨ ਨੇ ਅਸੀਂ ਜਦੋਂ ਤੂੰ ਸਾਡੇ ਸਾਨੂੰ ਵੇਖ ਲਿਆ ਵੀ ਇਹਨਾਂ ਨੂੰ ਕਿੰਨਾ ਮਾਰਦੇ ਨੇ ਜਿੱਡੀ ਬੇਦਰਦੀ ਨਾਲ ਮੈਨੂੰ ਇਹ ਮਾਰਿਆ ਏਡੀ ਬੇਦਰਦੀ ਨਾਲ ਸਾਨੂੰ ਮਾਰਨਾ ਉਹਨੇ ਤੇ ਤੂੰ ਸ਼ਹਿਰ ਬਹੁਤੀ ਬੇਦਰਦੀ ਨਾਲ ਸਾਨੂੰ ਮਾਰ ਰਹੋ ਤੂੰ ਸਾਡੇ ਤੱਕ ਪਹੁੰਚ ਗਿਆ ਸੀ ਕਦੇ ਪਹੁੰਚ ਲੱਗ ਨਹੀਂ ਪਹੁੰਚ ਹਾਂ ਸਾਡਾ ਤਾਂ ਕੋਈ ਵਾਕਫ ਵੀ ਨਹੀਂ ਹੈਗਾ ਭਾਜੀ ਜਿਹਨੇ ਸਾਨੂੰ ਛੁਡਾ ਲੈਣਾ ਆ ਉਹ ਤਾਂ ਬੰਦਾ ਇੰਜ ਮਾਰਦੇ ਜਿਵੇਂ ਕਮੇਟੀ ਮਾਰੀ ਦੀ ਏਦਾਂ ਬੰਦਾ ਮਾਰਦੇ ਆ ਯਾਰ ਚੱਲੀਏ ਯਾਰ ਇੱਕ ਮਿੰਟ ਭਾਜੀ ਇੱਕ ਮਿੰਟ ਅਸੀਂ ਨਹੀਂ ਇੱਥੇ ਭਾਈ ਤੂੰ ਜਾਣੇ ਤੇ ਉਹ ਜਾਣੇ ਮੇਰੀ ਗੱਲ ਸੁਣੋ ਪਰਦੇਸੀ ਆਦਮੀ ਜ਼ਿਆਦਤੀ ਹੋਈ ਹੈ ਮੈਨੂੰ ਮੀਸਣਾ ਜਾਂ ਕੋ ਬਣ ਕੇ ਜਦੋਂ ਕਹਿੰਦੇ ਆ ਮੈਨੂੰ ਸਾਰਿਆਂ ਮੈਨੂੰ ਹੁਣ ਜਾਂ ਤਾਂ ਮੈਨੂੰ ਰਿਸ਼ਤਾ ਦਿਓ ਜੋ ਰਿਸ਼ਤਾ ਕਿਉਂ ਅਸੀਂ ਦਈਏ ਹਾਂ ਹੈ ਤੂੰ ਮਾਮਾ ਲੱਗਦਾ ਤੈਨੂੰ ਰਿਸ਼ਤਾ ਦਈਏ ਅਸੀਂ ਗੈਰਤਮੰਦ ਆਦਮੀ ਤੇਰਾ ਹਾਲ ਪੁੱਛਿਆ ਤੂੰ ਸਾਡੇ ਕੋਲ ਰਿਸ਼ਤਾ ਮੰਗਣ ਦੇ ਆਇਆ ਜਾਂ ਫਿਰ ਮੇਰੇ ਨਾਲ ਚੱਲ ਕੇ ਲੜੋ ਮਾਰ ਕੇ ਚੱਲੀਏ ਭਣ ਜਾਇਆ ਤੂੰ ਸਾਡਾ ਵੀ ਤੂੰ ਭਤੀਜਾ ਆ नलके तो पानी पिलाया तू वाग बन गया पानी पिलाया कुड़ी हुण उहनां नूं किन्नी उमर है कुड़ी दी देखी कि भरावा दुख कोई नहीं दूंगा कुड़ी यार दुख की देना भाजी अभी कुड़ी देनी ही नहीं ਅਸੀਂ ਦੇਣੀ ਹੀ ਨਹੀਂ ਕੋਈ ਰਾਣੀ ਬਣਾ ਕੇ ਰੱਖੂ ਲੈ ਰਾਣੀ ਬਣਾ ਕੇ ਰੱਖੂਗਾ ਆਪਣੇ ਤੇਰੇ ਅੱਗੇ ਗੋਡੇ ਗੋਡੇ ਬੋਲ ਲਈ ਆ ਕਿੱਡੀਆਂ ਚਾਵਾਂ ਮਾਰ ਤੂੰ ਖਾ ਗਿਆ ਤੂੰ ਰਾਣੀ ਬਣਾ ਕੇ ਮਠਿਆਈ ਕਿੰਨੀ ਲੈ ਕੇ ਆਇਆ ਅੱਧਾ ਕਿਲੋ ਦਰ ਫਿੜੇ ਮੂੰਹ ਤੇ ਉਗਾੜੇ ਹੋਇਆ ਤੂੰ ਅੱਧਾ ਕਿਲੋ ਮਠਿਆਈ ਕਿਸੇ ਨੇ ਕੁੱਤਾ ਨਹੀਂ ਤੋੜਨਾ ਤੇਰੇ ਨਾਲ ਅੱਧਾ ਕਿਲੋ ਮਠਾਈ ਤੇ ਅੱਧਾ ਕਿਲੋ ਮਠਿਆਈ ਨੇ ਤੇ ਕੀੜੀਆਂ ਨਹੀਂ ਹਜ਼ਾਰ ਫੜ ਸਕਦਾ ਬੰਦਾ ਕਿੰਨੀਆਂ ਪੜੀ ਹੋਈ ਹੈ ਉਹ ਸਾਨੂੰ ਕੀ ਪਤਾ ਕਿੰਨੀਆਂ ਪੜੀ ਆ ਉਹਨਾਂ ਨੂੰ ਪੁੱਛ ਜਿਹਨਾਂ ਦੇ ਘਰ ਤੂੰ ਤੇਰੀ ਮੰਗਣੀ ਹੋਈ ਆ ਮੈਟ੍ਰਿਕ ਕਰ ਲਿਆ ਉਹਨੇ फर्ज पक्का आ दिमाग तेरा फड़ के मैं बिच मारना सैट हो जाना है तू ऐदा कर मैं ते भाजी जाने अच्छा उन्होंने निबड़ के आने तू घर जा के ना तू बड़ा जन्नू पहलवान लेके चला नाल ते तू घर जा ते देसी कुकड़ है अपने को देसी कुकड़ ले गया मेनू फेर लड़ाउणा उथे ले जाके मेडे मु खा के मार आया ते देसी कुकड़े नु खवाइए एडा देसी कुकड़ वाला कराओ कुछ रिश्ते दा मेरा अभी कितो यार करवा दिए तेरा रिश्ता खराब है यार तेरा रिश्ता करवा दिए असि तुसी मेरे वाकफ है तुसी मैं किथे वाकफ है तू मेरी वैगन ते चलदा रहया ਚਲੋ